ਫੁੱਟ ਤੋਂ ਉੱਤੇ ਮੁੰਡਾ ਲੰਬਾ ਨਜ਼ਰ ਆਉਂਦਾ, ਉਹ ਕ੍ਰਿਕਟ ਖੇਲਣਾ ਚਾਹੁੰਦਾ ਅਤੇ ਉਹਨੂੰ ਸਾਰੀ ਫੈਸਿਲਿਟੀਜ਼, ਮੈਂ ਵਿਦਆਊਟ ਸਭ ਦੀ ਪਰਮਿਸ਼ਨ ਲਈ ਮੈਂ ਕਹਿ ਰਿਹਾ ਕਿ 6 ਫੁੱਟ ਤੋਂ ਉੱਤੇ ਕੋਈ ਵੀ ਬੱਚਾ ਕ੍ਰਿਕਟ ਖੇਲਣਾ ਚਾਹੇ ਔਰ ਉਹਦੇ ਕੋਲ ਟੈਲੈਂਟ ਹੋਵੇ ਨਾ ਹੋਵੇ, ਉਹਦਾ ਦਿਲ ਹੋਣਾ ਚਾਹੀਦਾ ਕਿ ਉਹ ਕ੍ਰਿਕਟ ਖੇਲੇ। ਅਸੀਂ ਉਹਨੂੰ ਫ੍ਰੀ ਟ੍ਰੇਨਿੰਗ ਦੇਵਾਂਗੇ, ਉਹ ਪੰਜਾਬ ਦੇ ਕਿਸੇ ਵੀ ਸੈਂਟਰ 'ਚ ਸਾਡੇ ਆ ਕੇ ਟ੍ਰੇਨਿੰਗ ਕਰ, ਪੰਜਾਬ ਦਾ ਬੱਚਾ ਹੋਵੇ ਜਾਂ ਹਰਿਆਣਾ ਦਾ ਬੱਚਾ ਹੋਵੇ ਜਾਂ ਕਸ਼ਮੀਰ ਦਾ ਬੱਚਾ ਜਾਂ ਜੰਮੂ ਦਾ ਹੋਵੇ ਜਾਂ ਕਿਤੇ ਦਾ ਵੀ ਬੱਚਾ ਹੋਵੇ, 6 ਫੁੱਟ ਤੋਂ ਉੱਤੇ ਜਿਹੜਾ ਬੰਦਾ ਬੱਚਾ ਕ੍ਰਿਕਟ ਖੇਲਣਾ ਚਾਹੇਗਾ ਅਸੀਂ ਉਹਨੂੰ ਫ੍ਰੀ ਸਰਵਿਸ ਪ੍ਰੋਵਾਈਡ ਕਰਾਂਗੇ। ਬਹੁਤ ਲੇਟ ਗਿਆ ਜੀ ਉਹਦਾ ਨਾਮ, ਜੇ ਨਾਮ ਠੀਕ ਟਾਈਮ 'ਤੇ ਗਿਆ ਹੁੰਦਾ ਤਾਂ ਸ਼ਾਇਦ ਅਵਾਰਡ ਵੀ ਮਿਲ ਜਾਂਦਾ। ਪਰ ਦੇਖੀਏ ਮੇਰਾ ਕੰਮ ਸੀ ਖੇਲਣਾ ਔਰ ਮੈਂ ਜਿੰਨਾ ਖੇਲਿਆ ਬੜੇ ਉਹਦੇ ਨਾਲ ਖੇਲਿਆ ਦਿਲ ਨਾਲ, ਔਰ ਬਾਕੀ ਇਹ ਡਿਪਾਰਟਮੈਂਟਸ ਦੇ ਕੰਮ ਹੁੰਦੇ ਆ ਕਿ ਕਦੋਂ ਫਾਈਲ ਜਾਣੀ ਚਾਹੀਦੀ ਹੈ ਕਦੋਂ ਨਹੀਂ। ਓਬਵੀਅਸਲੀ ਉਹਦੇ ਵਿੱਚ ਕੁਛ ਅਣਦੇਖੀ ਹੋਈ ਔਰ ਉਹ ਮਨਿਸਟਰ ਸਾਹਿਬ ਨੇ ਵੀ ਕਿਹਾ ਸੀਗਾ ਕਿ ਇਹਦੇ ਬਾਰੇ ਗੱਲ ਕੀਤੀ ਜਾਵੇਗੀ। ਹੁਣ ਕਿੰਨਾ ਗੱਲ ਹੋਈ ਕਿੰਨੀ ਗੱਲ ਹੋਈ ਇਹ ਮੈਂ ਨਹੀਂ ਜਾਣਦਾ, ਬਟ ਮੇਰੇ ਨਾਲ ਹੋ ਗਿਆ ਕੋਈ ਗੱਲ ਨਹੀਂ, ਬਟ ਅੱਗੇ ਕਿਸੇ ਹੋਰ ਪਲੇਅਰ ਦੇ ਨਾਲ ਨਹੀਂ ਹੋਣਾ ਚਾਹੀਦਾ। ਬਾਬੇ ਦਾ ਮੈਨੂੰ ਦਿੱਤਾ ਬਹੁਤ ਕੁਛ ਹੈ, ਅਵਾਰਡ ਲੈ ਕੇ ਮੈਂ ਬਹੁਤ ਵੱਡਾ ਨਹੀਂ ਹੋ ਜਾਣਾ ਸੀ, ਬਟ ਕਈ ਪਲੇਅਰ ਦੇ ਲਈ ਇਹ ਅਵਾਰਡ ਬੜੀ ਵੱਡੀ ਚੀਜ਼ ਹੋ ਸਕਦੀ ਸੀ। ਅਤੇ ਮੈਂ ਸਰਕਾਰ ਨੂੰ ਇਹ ਦੁਬਾਰਾ ਕਹਾਂਗਾ ਕਿ ਕਿਸੇ ਵੀ ਪਲੇਅਰ ਲਈ ਅੱਗੇ ਤੋਂ ਜਿਹੜਾ ਕਿਸੇ ਦਾ ਨਾਮ ਤੁਸੀਂ ਪ੍ਰੈਜੈਂਟ ਕਰ ਰਹੇ ਹੋ ਉਹ ਟਾਈਮ ਸਿਰ